ਬੜੇ ਹੋ ਗਏ, ਮਾੜੀ ਮੋਟੀ ਅਕਲ ਕਰ ਲਓ, ਸਾਲੇ ਧੌਲੇ ਆ ਗਏ, ਜੁੱਤੀਆਂ ਨਾ ਖਾ ਲਿਓ, ਨਹੀਂ ਇੱਥੇ ਆਪੋ ਆਪਣੀ ਜੁੱਤੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਮਾਰਟ ਪੰਜਾਬੀ। ਦੋਸਤੋ, ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਲੜਾਈਆਂ ਦਾ ਘਰ ਬਣ ਚੁੱਕੀ ਆ, ਜਿੱਥੇ ਕਿ ਸਾਨੂੰ ਆਏ ਦਿਨ ਕੋਈ ਨਾ ਕੋਈ ਨਵੀਂ ਕੰਟਰੋਵਰਸੀ ਦੇਖਣ ਨੂੰ ਮਿਲਦੀ ਆ। ਉੱਥੇ ਦੋਸਤੋ, ਸਿੱਧੂ ਮੂਸੇਵਾਲਾ ਨੇ ਆਪਣੇ ਲਾਈਵ ਵਿੱਚ ਬੱਬੂ ਮਾਨ ਸਾਹਿਬ ਬਾਰੇ ਬਹੁਤ ਤੱਤੇ ਸ਼ਬਦ ਬੋਲੇ। ਜੀ ਹਾਂ ਦੋਸਤੋ, ਇਸ ਲਾਈਵ ਵਿੱਚ ਜੋ ਬੋਲੇ ਗਏ ਸ਼ਬਦਾਂ ਦਾ ਬੱਬੂ ਮਾਨ ਸਾਹਿਬ ਦੇ ਫੈਨਸ ਵੱਲੋਂ ਬਹੁਤ ਜ਼ਿਆਦਾ ਇਤਰਾਜ਼ ਕੀਤਾ ਜਾ ਰਿਹਾ। ਤੇ ਦੋਸਤੋ, ਹੁਣ ਦੇਖਣਾ ਇਹ ਹੋਊਗਾ ਕਿ ਇਸ ਚੀਜ਼ ਦਾ ਰਿਪਲਾਈ ਦਿੰਦੇ ਹੋਏ ਬੱਬੂ ਮਾਨ ਸਾਹਿਬ ਅੱਗਿਓਂ ਕੀ ਕਹਿੰਦੇ ਜਾਂ ਫਿਰ ਫੈਨਸ ਹੀ ਇਸ ਚੀਜ਼ ਦਾ ਰਿਪਲਾਈ ਦੇਣਗੇ। ਦੋਸਤੋ, ਇਹਨਾਂ ਦੋਨਾਂ ਸਿੰਗਰਾਂ ਦਾ ਪੰਜਾਬੀ ਇੰਡਸਟਰੀ ਵਿੱਚ ਕਾਫੀ ਵੱਡਾ ਨਾਮ ਆ, ਜਿੱਥੇ ਕਿ ਬੱਬੂ ਮਾਨ ਸਾਹਿਬ 22-23 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਰਾਜ ਕਰਦੇ ਆ ਰਹੇ ਆ। ਉੱਥੇ ਸਿੱਧੂ ਮੂਸੇਵਾਲਾ ਨੇ ਪਿਛਲੇ 3 ਸਾਲਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਕਾਫੀ ਜ਼ਿਆਦਾ ਫੈਨ ਬਣਾ ਲਿਆ। ਫੋਨ ਫਾਨ ਮੈਸੇਜ ਮੂਸੇਜ ਇਹੀ ਕੁਛ, ਇਹ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਨਕੁਆਇਰੀ ਨੰਬਰ ਤੇ ਫੋਨ ਕਰਤਾ, ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਈਮੇਲਾਂ ਕਰਤੀਆਂ, ਅਸੀਂ ਇਹ ਕਰ ਦਿਆਂਗੇ, ਫਲਾਨਾ ਧਮਕਾ ਕਰਦਾ। ਮੇਰੀ ਗੱਲ ਸੁਣੋ ਏ, ਠੀਕ ਹੈ ਨਾ। ਪਹਿਲੀ ਗੱਲ, ਮੇਰਾ ਸੁਭਾਅ ਹੈ ਮੈਂ ਜ਼ਿੰਦਗੀ ਦੇ ਵਿੱਚ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਅੱਜ ਤੱਕ ਬੋਲਿਆ, ਨਾ ਮੈਂ ਬੋਲਾਂ, ਅਤੇ ਮੈਂ ਜਿੱਦਣ ਬੋਲਦਾ ਮੈਂ ਠਿੱਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ। ਜਾਂ ਲੀਰਾਂ ਵਾਲੀਆਂ ਗੱਲਾਂ ਕਰਨੀਆਂ ਨਾ, ਵਿੱਚਾਂ ਲੀਰਾਂ ਨੂੰ ਕਹਿਣਾ, ਵਿੱਚ ਹੀ ਤੁਹਾਡੇ ਉਸਤਾਦ ਨੂੰ ਕਹਿਣਾ, ਠੀਕ ਹੈ ਨਾ, ਵੀ ਆਪਦਾ ਬੰਦੇ ਵਾਂਗੂ ਉਹਦਾ ਖੂੰਜੇ ਲੱਗ ਕੇ ਆਪਦਾ ਕੰਮ ਕਰੀਆਂ ਦਵਾਈਆਂ ਨੇ, ਠੀਕ ਹੈ। ਸ਼ਰੀਫ ਲੋਕ ਦਬਾਏ ਨੇ, ਜਿੰਨਾ ਮੈਨੂੰ ਛੇੜੋਂਗੇ, ਮੈਂ ਤਾਂ ਇਹੋ ਜਿਹਾ ਲਵਾਂ, ਜਿੰਨਾ ਛੇੜੋਂਗੇ ਮੈਂ ਤੁਹਾਡੀ ਉਨੀ ਵੱਧ ਬੱਦਰੀ ਬਣਾਏ ਨੇ, ਜਿਹਦੇ ਨਾਲ ਮੇਰੀ ਪ੍ਰੋਬਲਮ ਹੈਗੀ ਆ। ਤਾਂ ਹਿੱਕ ਠੋਕ ਕੇ ਕਿਹਾ ਵੀ ਹਾਂ ਉਹ ਤੇਰੇ ਨਾਲ ਦੇਖਣਾ, ਦੱਸ ਕਿਵੇਂ ਕਰਨਾ, ਠੀਕ ਹੈ ਨਾ। ਬੜੇ ਹੋ ਗਏ, ਮਾੜੀ ਮੋਟੀ ਅਕਲ ਕਰ ਲਓ, ਸਾਲੇ ਧੌਲੇ ਆ ਗਏ, ਜੁੱਤੀਆਂ ਨਾ ਖਾ ਲਿਓ, ਨਹੀਂ ਇੱਥੇ ਆਪੋ ਆਪਣੀ ਜੁਤਾਬ ਦੇ ਹੱਥ ਹੁੰਦੀ ਹੈ, ਬੰਦੇ ਵਾਂਗੂ ਉਹਦਾ ਕੰਮ ਤੱਕ ਮਤਲਬ ਰੱਖੋ, ਠੀਕ ਹੈ ਨਾ। ਆਪਦੇ ਪਿੰਡ ਰਹਿੰਦੇ ਆ, ਠੋਕ ਕੇ ਸਾਰੇ ਸਾਰੀ ਦੁਨੀਆਂ ਨੂੰ ਪਤਾ ਕਿੱਥੇ ਰਹਿੰਦੇ, ਇੱਥੇ ਬੋਲ ਕੇ ਚੰਡੀਗੜ੍ਹ ਲੁੱਕੇ ਥੋੜ੍ਹੀ ਬੈਠਦਾ ਮੈਂ, ਠੀਕ ਹੈ ਨਾ। ਸਿੱਧੂ ਮੂਸੇਵਾਲਾ ਜਾਂ ਫਿਰ ਬੱਬੂ ਮਾਨ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਅਸੀਂ ਇਸ ਵੀਡੀਓ ਵਿੱਚ ਕਿਸੇ ਵੀ ਆਰਟਿਸਟ ਤੇ ਸਿੰਗਰ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ।